ਸਤਿ ਸ੍ਰੀ ਅਕਾਲ ਦੋਸਤੋ ਮੈਂ ਕਸ਼ਮੀਰ ਸਿੰਘ ਤੁਹਾਡਾ ਸਵਾਗਤ ਕਰਦਾ ਪੰਜਾਬੀ ਵਿੱਚ ਜਾਣਕਾਰੀ YouTube ਚੈਨਲ ਉੱਤੇ ਇਸ ਵੀਡੀਓ ਰਾਈ ਦੋਸਤੋ ਤੁਹਾਡੇ ਨਾਲ ਸੇਵਾ ਪੱਤਰੀ ਦੇ ਸੰਬੰਧੀ ਕੁਝ ਨਿਜਮਾ ਸੰਬੰਧੀ ਤੁਹਾਡੇ ਨਾਲ ਚਰਚਾ ਕਰਾਂਗਾ ਜਾਨੀ ਕਿ ਇਸ ਵੀਡੀਓ ਦੇ ਰਾਹੀਂ ਆਪਾਂ ਸਰਵਿਸ ਬੁੱਕ ਦੇ ਸੰਬੰਧੀ ਜਾਣਕਾਰੀ ਪ੍ਰਾਪਤ ਕਰਾਂਗੇ ਸਰਵਿਸ ਬੁੱਕ ਦੋਸਤੋ ਇੱਕ ਬਹੁਤ ਹੀ ਮਹੱਤਵਪੂਰਨ ਦਸਤਾਵੇਜ਼ ਹੁੰਦਾ ਹੈ ਤੇ ਸਰਵਿਸ ਬੁੱਕ ਦੇ ਵਿੱਚ ਇੱਕ ਕਰਮਚਾਰੀ ਦੇ ਭਰਤੀ ਹੋਣ ਤੋਂ ਲੈ ਕੇ ਰਿਟਾਇਰਮੈਂਟ ਤੱਕ ਉਸ ਵਿਅਕਤੀ ਦੇ ਨਾਲ ਰਿਲੇਟਡ ਕਿਸੇ ਵੀ ਪ੍ਰਕਾਰ ਦੀ ਕੋਈ ਘਟਨਾ ਘਟਿਤ ਹੁੰਦੀ ਆ ਜਾਂ ਉਹਦੇ ਕੋਈ ਵੀ ਗਤੀਵਿਧੀਆਂ ਹੁੰਦੀਆਂ ਉਹ ਹਰ ਇੱਕ ਪ੍ਰਕਾਰ ਨੂੰ ਜਿਹੜਾ ਅਸੀਂ ਸਰਵਿਸ ਬੁੱਕ ਦੇ ਵਿੱਚ ਰਿਕਾਰਡ ਕਰਦੇ ਆ ਪਹਿਲਾਂ ਪਹਿਲਾਂ ਦੋਸਤੋ ਸਰਵਿਸ ਬੁੱਕ ਆ ਜਿਹੜੀ ਆਫਲਾਈਨ ਹੁੰਦੀ ਸੀ ਪਰ ਅੱਜ ਕੱਲ ਆਨਲਾਈਨ ਵੀ ਜਿਹੜੀ ਰਿਕਾਰਡ ਕੀਤੀ ਜਾਂਦੀ ਹੈ ਸਰਵਿਸ ਬੁੱਕ ਸਰਵਿਸ ਬੁੱਕ ਦੇ ਵਿੱਚ ਦੋਸਤੋ ਜਿਹੜੀ ਵੀ ਅਸੀਂ ਐਂਟਰੀ ਕਰਦੇ ਆ ਅਸੀਂ ਜਾਨਕਿ ਜਿਹੜਾ ਰਿਕਾਰਡ ਦਰਜ ਕਰਦੇ ਆ ਉਹ ਅਸੀਂ ਲਿਖਤ ਦੇ ਵਿੱਚ ਦਰਜ ਕਰਦੇ ਆ ਤੇ ਸਰਵਿਸ ਬੁੱਕ ਦੇ ਵਿੱਚ ਕਿਸੇ ਹੀ ਪ੍ਰਕਾਰ ਦਾ ਕੋਈ ਵੀ ਜਿਹੜਾ ਦਸਤਾਵੇਜ਼ ਆ ਉਹ ਪੇਸਟ ਨਹੀਂ ਕਰਨਾ ਹੈਗਾ ਜਨਨ ਕਿ ਅਸੀਂ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਚੀਜ਼ ਹੈ ਜਿਹੜੀ ਸਰਵਿਸ ਬੁੱਕ ਦੇ ਵਿੱਚ ਨਾ ਪੇਸਟ ਕਰਨੀ ਹੈ ਨਾ ਚਪਕਾਣੀ ਆ ਤੇ ਨਾ ਹੀ ਉਹਦੇ ਵਿੱਚ ਟੈਗ ਲਾ ਕੇ ਅਸੀਂ ਉਹਦੇ ਨਾਲ ਨੱਥੀ ਕਰਨੀ ਆ ਸਰਵਿਸ ਬੁੱਕ ਦੇ ਵਿੱਚ ਹਮੇਸ਼ਾ ਅੰਦਰਾਜ ਕੀਤੇ ਜਾਂਦੇ ਆ ਤੇ ਜਿਹੜੇ ਅੰਦਰਾਜ ਆ ਉਹ ਸਾਫ ਸੁਥਰੇ ਹੋਣੇ ਬਹੁਤ ਜ਼ਿਆਦਾ ਜ਼ਰੂਰੀ ਆ ਤੇ ਹਰ ਅੰਦਰਾਜ ਆ ਜਿਹੜਾ ਕਰਦੇ ਆ ਅਸੀਂ ਜਨਨ ਕਿ ਕਿਸੇ ਵੀ ਪ੍ਰਕਾਰ ਦੇ ਸੀ ਸਰਵਿਸ ਬੁੱਕ ਦੇ ਵਿੱਚ ਐਂਟਰੀ ਕਰਦੇ ਆ ਉਹ ਐਂਟਰੀ ਹੈ ਜਿਹੜੀ ਸਾਡਾ ਸਮਰੱਥ ਅਧਿਕਾਰੀ ਆ ਉਦੇਵ ਲੋਤ ਤਸਦੀਕ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਆ ਤੇ ਸਰਵਿਸ ਰੂਕ ਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਐਂਟਰੀ ਕੀਤੀ ਹੋਈ ਆ ਜਾਨੀ ਕਿ ਜਿਹੜਾ ਕੋਈ ਪਹਿਲਾਂ ਲਿਖਿਆ ਹੋਇਆ ਏ ਤੇ ਉਸ ਲਿਖੇ ਹੋਏ ਦੇ ਉੱਪਰ ਲਿਖਣਾ ਜਾਨੀ ਕਿ ਓਵਰਰਾਈਟ ਕਰਨਾ ਜਾਂ ਲਿਖੇ ਦੇ ਵਿੱਚ ਹੋਰ ਸ਼ਬਦ ਜੋੜਨੇ ਆ ਇਹਨਾਂ ਪ੍ਰਕਾਰ ਦੇ ਇਹਦੇ ਵਿੱਚ ਕਿਸੇ ਪ੍ਰਕਾਰ ਦੀ ਸਾਨੂੰ ਆਗਿਆ ਨਹੀਂ ਹੈਗੀ ਜੇਕਰ ਕਿਸੇ ਪੱਧਰ ਉੱਤੇ ਗੜਬੜ ਕੀਤੀ ਜਾਂਦੀ ਆ ਤਾਂ ਸਾਨੂੰ 1970 ਦੇ ਨਿਯਮਾਂ ਦੇ ਅਧੀਨ ਅਸੀਂ ਸਜ਼ਾ ਦੇ ਭਾਗ ਹੀ ਜੋਗਾ ਜੇਕਰ ਕਿਸੇ ਵੀ ਪ੍ਰਕਾਰ ਦੀ ਸੇਵਾ ਪੱਤਰੀ ਦੇ ਵਿੱਚ ਅਸੀਂ ਲਿਖੇ ਦੇ ਉੱਤੇ ਓਵਰਰਾਈਟ ਕਰਦੇ ਹਾਂ ਜਾਂ ਫਿਰ ਉਹਦੇ ਸ਼ਬਦਾਂ ਦੇ ਵਿੱਚ ਹੋਰ ਸ਼ਬਦ ਜੋੜਦੇ ਹਾਂ ਤੇ ਇਸੇ ਤਰ੍ਹਾਂ ਜੇਕਰ ਸਰਵਿਸ ਬੁੱਕ ਦੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਅਸੀਂ ਅੰਦਰਾਜ ਆ ਜਿਹੜਾ ਕੈਨਸਲ ਕਰਨਾ ਹੈ ਤਾਂ ਉਸ ਕੈਨਸਲ ਹੋਏ ਅੰਦਰਾਜ ਨੂੰ ਤਸਦੀਕ ਕਰਨਾ ਵੀ ਸਮਰੱਥ ਅਧਿਕਾਰੀ ਵੱਲੋਂ ਜ਼ਰੂਰੀ ਆ ਤੇ ਇਸੇ ਪ੍ਰਕਾਰ ਹਰ 10 ਸਾਲ ਦੇ ਬਾਅਦ ਸਰਵਿਸ ਬੁੱਕ ਦੇ ਵਿੱਚ ਜਿਹੜੀ ਫੋਟੋ ਲੱਗੀ ਆ ਉਹ ਅਪਡੇਟ ਕਰਨੀ ਬਹੁਤ ਜ਼ਰੂਰੀ ਆ ਤੇ ਇਸੇ ਤਰ੍ਹਾਂ ਜੇਕਰ ਅਸੀਂ ਆਪਣਾ ਕਿਸੇ ਪ੍ਰਕਾਰ ਦਾ ਵੀ ਕੋਈ ਐਡਰੈਸ ਚੇਂਜ ਕੀਤਾ ਹੈ ਤਾਂ ਨਾਲ ਦੀ ਨਾਲ ਸਰਵਿਸ ਬੁੱਕ ਦੇ ਵਿੱਚ ਚੇਂਜ ਹੋਣਾ ਜ਼ਰੂਰੀ ਆ ਤੇ ਜੇ ਇਸੇ ਪ੍ਰਕਾਰ ਜੇਕਰ ਸਰਵਿਸ ਬੁੱਕ ਦੇ ਵਿੱਚ ਅਸੀਂ ਪਹਿਲਾ ਪਾਰਟ ਸਰਵਿਸ ਬੁੱਕ ਦਾ ਮੰਨ ਲਓ ਖਤਮ ਹੋ ਗਿਆ ਜੇਕਰ ਅਸੀਂ ਦੂਜਾ ਪਾਰਟ ਉਹਦਾ ਚਾਲੂ ਕਰ ਰਹੇ ਹਾਂ ਤਾਂ ਡੀ ਡੀਓ ਵੱਲੋਂ ਜਿਹੜਾ ਦੂਜਾ ਪਾਰਟ ਆ ਉਹ ਤਸਦੀਕ ਹੋਣਾ ਬਹੁਤ ਹੀ ਜ਼ਰੂਰੀ ਆ ਤੇ ਨਵੀਂ ਜਿਹੜੀ ਸਰਵਿਸ ਬੁੱਕ ਆ ਉਹਦੇ ਵਿੱਚ ਅਸੀਂ ਕਿ ਕਿਸ ਪ੍ਰਕਾਰ ਦੇ ਐਂਟਰੀਆਂ ਕਰਦੇ ਹਾਂ ਜਦੋਂ ਵੀ ਦੋਸਤੋ ਅਸੀਂ ਕੋਈ ਨਵੀਂ ਸਰਵਿਸ ਬੁੱਕ ਐਂਟਰੀ ਕਰ ਰਹੇ ਹਾਂ ਤਾਂ ਉਸ ਵਿੱਚ ਸਭ ਤੋਂ ਪਹਿਲਾਂ ਵਿਅਕਤੀ ਦੀ ਨਿਯੁਕਤੀ ਦਰਜ ਕਰਦੇ ਕਿ ਕਿਹੜੇ ਹੁਕਮਾਂ ਦੇ ਨਾਲ ਉਸ ਵਿਅਕਤੀ ਦੀ ਨਿਯੁਕਤੀ ਹੋਈ ਆ ਤੇ ਉਸ ਵਿਅਕਤੀ ਦਾ ਜਿਹੜਾ ਪਰਖ ਕਾਲ ਕਿੰਨਾ ਹੈ ਪਰਖ ਦਾ ਸਮਾਂ ਕਿੰਨਾ ਹੈ ਪਰਖ ਕਾਲ ਦਾ ਸਮਾਂ ਕਿੰਨਾ ਹੈ ਤੇ ਇਸੇ ਤਰ੍ਹਾਂ ਹੀ ਹਾਜ਼ਰ ਹੋਣ ਦੀ ਉਹਦੀ ਮਿਤੀ ਕਿਹੜੀ ਆ ਪਹਿਲਾਂ ਦੁਪਹਿਰ ਉਹ ਹਾਜ਼ਰ ਹੋਇਆ ਹੈ ਜਾਂ ਬਾਅਦ ਦੁਪਹਿਰ ਉਹ ਹਾਜ਼ਰ ਹੋਇਆ ਕਿਸ ਮਿਤੀ ਨੂੰ ਹੋ ਗਿਆ ਹਾਜ਼ਰ ਤੇ ਇਸੇ ਪ੍ਰਕਾਰ ਮੈਡੀਕਲ ਦੀ ਰਿਪੋਰਟ ਦਰਜ ਕੀਤੀ ਜਾਂਦੀ ਆ ਤੇ ਪੁਲਸ ਵੈਰੀਫਿਕੇਸ਼ਨ ਦੀ ਰਿਪੋਰਟ ਦਾ ਇੰਦਰਾਜ ਕੀਤਾ ਜਾਂਦਾ ਹੈ ਕਿ ਉਸ ਵਿਅਕਤੀ ਤੋਂ ਇੱਕ ਐਫੀਡੇਵਟ ਲਿਆ ਜਾਂਦਾ ਜਿਦੇ ਵਿੱਚ ਦਰਜ ਕੀਤਾ ਜਾਂਦਾ ਕਿ ਉਹ ਸੰਵਿਧਾਨ ਦੇ ਪ੍ਰਤੀ ਵਫਾਦਾਰ ਰਹੇਗਾ ਤੇ ਯਾਨੀ ਕਿ ਸੰਵਿਧਾਨ ਦੇ ਪ੍ਰਤੀ ਵਫਾਦਾਰੀ ਦੀ ਉਹਨੂੰ ਸੌਂ ਚੁੱਕਣੀ ਪੈਂਦੀ ਆ ਤੇ ਇਸੇ ਤਰ੍ਹਾਂ 1923 ਅਤੇ 1966 ਦੇ ਨਿਯਮਾਂ ਦੀ ਪਾਲਣਾ ਦੀ ਬਚਨਬੱਤਾ ਜਿਹੜਾ ਉਤੋਂ ਐਫੀਡੇਵਟ ਲਿਆ ਜਾਂਦਾ ਤੇ ਜਿਹੜਾ ਸੀ ਐਫੀਡੇਵਟ ਲਿੰਦਿਆਂ ਦੋਸਤੋ ਉਹ ਅਸੀਂ ਨਿੱਜੀ ਮਿਸਲ ਦੇ ਵਿੱਚੋਂ ਨੂੰ ਰਿਕਾਰਡ ਦੇ ਲਈ ਦਰਜ ਕਰ ਲੈਣਾ ਜਾਨਕਿ ਜੋੜ ਲੈਣਾ ਹੈ ਤੇ ਜਿਹੜੇ ਅੰਤਰਾਜ ਆਸੀ ਉਹ ਸੇਵਾ ਪੱਤਰੀ ਦੇ ਵਿੱਚ ਕਰਨੇ ਆ ਸੰਵਿਧਾਨ ਦੀ ਵਫਾਦਾਰੀ ਦਾ ਤੇ 1923 ਅਤੇ 1966 ਦੇ ਨਿਯਮਾਂ ਦੇ ਪਾਲਨ ਦਾ ਵਚਨਬੱਧਤਾ ਦਾ ਤੇ ਇਸੇ ਪ੍ਰਕਾਰ ਹੀ ਜਦੋਂ ਵਿਅਕਤੀ ਭਾਰਤੀ ਹੁੰਦਾ ਹੈ ਤਾਂ 1923 ਅਤੇ 1966 ਦੇ ਨਿਯਮਾਂ ਦੀਆਂ ਉਹਨੂੰ ਕਾਪੀਆਂ ਦਿੱਤੀਆਂ ਜਾਂਦੀਆਂ ਤੇ ਇਸ ਪ੍ਰਕਾਰ ਉਸੇ ਕਰਮਚਾਰੀ ਦੇ ਜਿੰਨੇ ਵੀ ਨਿੱਜੀ ਵੇਰਵੇ ਆ ਸਰਵਿਸ ਬੁੱਕ ਦੇ ਵਿੱਚ ਰਿਕਾਰਡ ਕੀਤੇ ਜਾਂਦੇ ਆ ਜੇਕਰ ਦੋਸਤੋ ਤੁਸੀਂ ਪੰਜਾਬ ਸਿਵਲ ਸਰਵਿਸਿਜ਼ volume 1 ਪੰਜਾਬ ਸਿਵਲ ਸਰਵਿਸਿਜ਼ volume 1 part 2 ਨੂੰ ਜੇਕਰ ਇੰਟਰਨੈਟ ਤੋਂ ਡਾਊਨਲੋਡ ਕਰੋਗੇ ਤੁਸੀਂ ਸਰਕਾਰ ਦੀ ਵੈਬਸਾਈਟ ਤੋਂ ਤਾਂ ਉਹਦੇ 68 ਪੇਜ ਉੱਤੇ 68 ਨੰਬਰ ਪੇਜ ਉੱਤੇ ਆ ਜਿਹੜੀ ਅਪੈਂਡਿਕਸ 11 ਦਰਜ ਆ ਤੇ ਸੇਵਾ ਪੱत्री ਨੂੰ ਦੋਸਤੋ ਅਸੀਂ ਫਾਰਮ ATC3 ਕਹਿੰਦੇ ਆ ਤੇ ਇਹ ਦਰਜ ਆ ਪੰਜਾਬ ਸਰੂਲ ਸਰਵਿਸਿਜ਼ volume 1 part 2 ਦੇ 68 ਨੰਬਰ ਪੇਜ ਉੱਤੇ ਤੁਸੀਂ ਇਹਨੂੰ ਦੇਖ ਸਕਦੇ ਆ ਸਭ ਤੋਂ ਪਹਿਲਾਂ ਦੋਸਤੋ ਵਿਅਕਤੀ ਦੇ ਨਿੱਜੀ ਵੇਰਵੇ ਆਉਂਦੇ ਆ ਜਿਹੜੇ ਤੇ ਇਹਦੇ ਵਿੱਚ ਵੀ ਦਰਜ ਹੈ ਕਿ ਜਿਹੜੀ ਫੋਟੋਗ੍ਰਾਫ ਆ ਯਾਨੀ ਕਿ ਵਿਅਕਤੀ ਦੀ ਫੋਟੋ ਆ 10 ਸਾਲ ਵਿੱਚ ਨੂੰ ਅਪਡੇਟ ਕਰਨੀ ਜ਼ਰੂਰੀ ਆ ਤੇ ਇਸੇ ਪ੍ਰਕਾਰ ਜੇਕਰ ਕਿਸੇ ਵਿਅਕਤੀ ਨੇ ਕੋਈ ਆਪਣਾ ਪਤਾ ਬਦਲਿਆ ਯਾਨੀ ਕਿ ਪਰਮਾਨੈਂਟ ਐਡਰੈਸ ਚੇਂਜ ਕੀਤਾ ਤਾਂ ਵੀ ਸੇਵਾ ਪੱਤਰੀ ਦੇ ਵਿੱਚ ਅਪਡੇਟ ਕਰਵਾਉਣਾ ਲਾਜ਼ਮੀ ਆ ਉਸ ਵਿਅਕਤੀ ਨੂੰ ਜਦੋਂ ਉਸ ਵਿਅਕਤੀ ਨੇ ਐਡਰੈਸ ਆਪਣਾ ਚੇਂਜ ਕੀਤਾ ਹੈ ਤੇ ਤੁਸੀਂ ਦੇਖ ਸਕਦੇ ਆ ਕਿ ਵੀ ਕੀ ਕੀ ਐਂਟਰੀਆਂ ਹੁੰਦੀਆਂ ਨੇ ਦੇ ਵਿੱਚ ਜਿਵੇਂ ਕਿ ਮੈਡੀਕਲ ਐਗਜ਼ਾਮੀਨੇਸ਼ਨ ਪੂਰਸ ਵੈਰੀਫਿਕੇਸ਼ਨ ਦਾ ਰਿਪੋਰਟ ਤੇ ਸੰਵਿਧਾਨ ਪ੍ਰਤੀ ਸੌਂ ਦੀ ਵਫਾਦਾਰੀ 1923 ਤੇ 1966 ਦੇ ਨਿਯਮਾਂ ਦੀਆਂ ਕਾਪੀਆਂ ਜਿਹੜੀਆਂ ਵਿਅਕਤੀ ਨੂੰ ਦੇਣੀਆਂ ਹੁੰਦੀਆਂ ਤੇ ਇਹਨਾਂ ਦੇ ਬਚਨਬੱਧਤਾ ਦਾ ਉਹ ਤੋਂ ਐਫੀਡੇਵਟ ਵੀ ਲਿਆ ਜਾਂਦਾ ਵਿਅਕਤੀ ਦਾ ਮੈਰੀਟਰ ਸਟੇਟਸ ਕੀ ਆ ਤੇ ਹੋਮ ਟਾਊਨ ਕੀ ਇਹ ਵਿਅਕਤੀ ਦਾ ਤੇ ਪਹਿਲਾਂ GPF ਹੁੰਦਾ ਸੀ ਅੱਜ ਕੱਲ CFP ਆ ਕੇ ਕੰਟਰੀਬਿਊਟਰੀ ਪੈਨਸ਼ਨ ਫੰਡ ਉਹਨਾਂ ਦੇ ਡਿਟੇਲ ਵਗੈਰਾ ਭਰੀ ਜਾਂਦੀ ਆ ਨੋਮੀਨੇਸ਼ਨ ਦੀ ਡਿਟੇਲ ਆ ਜਾਗੀ ਫੈਮਿਲੀ ਦੇ ਜਿਹੜੇ ਬੇਰਵੇ ਆ ਗਏ ਤੇ ਇਸ ਤਰ੍ਹਾਂ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਉਹਨੇ ਨੋਮੀਨੇਸ਼ਨ ਕਰਨਾ ਸਭ ਕੁ ਉਸ ਤੇ ਦਰਜ ਕੀਤਾ ਜਾਂਦਾ ਹੈ ਧੰਨਵਾਦ ਦੋਸਤੋ